ਬਾਬਾ ਜੀ ਕੀ ਨਾਮ ਹੈ ਤੁਹਾਡਾ ਕੀ ਵਾਕਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਲਛਮੀ ਵਿਹਾਰ 'ਚ ਰਹਿਣ ਵਾਲੇ ਹਾਂ ਲਛਮੀ ਵਿਹਾਰ 'ਚੋਂ ਜਗ੍ਹਾ ਵੇਚ ਕੇ ਹੁਣ ਲਈ ਉੱਥੇ ਨਸ਼ਹਿਰੇ ਪਲਾਟਾਂ 'ਚ ਅਤੇ ਬੇਟਾ ਮੇਰਾ ਇੱਧਰ ਕੰਮ ਕਰਦਾ ਪੀ ਓ ਪੀ ਦਾ ਉਹ ਠੇਕੇਦਾਰ ਅਤੇ ਘਰੋਂ ਪੈਸੇ ਲੈਣ ਵਾਸਤੇ ਆਇਆ ਸੀ ਇਹਨਾਂ ਦਾ ਕੋਈ ਝਗੜਾ ਆਇਆ ਅਤੇ ਇਹਨਾਂ ਨੇ ਗੋਲੀ ਚਲਾਈ ਉਹਦੇ ਵੱਜ ਗਈ ਮੁੰਡੇ 'ਤੇ ਝਗੜਾ ਕਿੰਨਾ ਦਾ ਹੋਇਆ ਸੀ ਤੁਹਾਡੇ ਬੇਟੇ ਦਾ ਝਗੜਾ ਸੀ ਨਹੀਂ ਜੀ ਉਹ ਤਾਂ ਪੈਸੇ ਲੈਣ ਵਾਸਤੇ ਆਇਆ ਝਗੜਾ ਕਿਸੇ ਹੋਰ ਦਾ ਆਇਆ ਜੀ ਜੀ ਉਹਨਾਂ ਦੇ ਉਹ ਆਪਸੇ 'ਚ ਕੁਝ ਹੈਗੇ ਰਿਸ਼ਤੇਦਾਰੀ 'ਚ ਵਿੱਚ ਮਾਮਲਾ ਕੋਈ ਜੀ ਕੁੜੀ ਕੜੀ ਦਾ ਮਸਲਾ ਕੋਈ ਉਹਨਾਂ ਦਾ ਜੀ ਝਗੜਾ ਉਹਨਾਂ ਦਾ ਆਇਆ ਸਾਡਾ ਕੋਈ ਵਿੱਚ ਲੈਣਾ ਦੇਣਾ ਨਹੀਂ ਗਾ ਪਤਾ ਲੱਗਾ ਕਿੰਨਾ ਕੌਣ ਵਿਅਕਤੀ ਸੀ ਕੋਈ ਪਹਿਚਾਣ ਹੋਈ ਜਿਹਨਾਂ ਨੇ ਗੋਲੀ ਚਲਾਈ ਹਾਂ ਜੀ ਉਹ ਜਿਨ੍ਹਾਂ ਦਾ ਝਗੜਾ ਉਹਦੇ ਭਣੇਵੇਂ ਆ ਜੀ ਬਲਦੇਵ ਸਿੰਘ ਨਾਮ ਦਰਖਾਸਤ ਉਹਨਾਂ ਨੇ ਲੈ ਕੇ ਆਏ ਇੱਥੇ ਮਹੱਲੇ ਵਾਲੇ ਲੈ ਕੇ ਆਏ ਥਾਣੇ ਤੇ ਇਹਨਾਂ ਦੋ ਘੰਟੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਆਣ ਕੇ ਥੋੜੇ ਜਿਹੇ ਗਰਮ ਹੋਏ ਆ ਤੇ ਫਿਰ ਇਹਨਾਂ ਨੇ ਸਾਨੂੰ ਡਾਟਾ ਕੱਢ ਕੇ ਦਿੱਤਾ ਫਿਰ ਉਹਨੇ ਹਸਪਤਾਲ ਖੜਿਆ ਮੁੰਡੇ ਦਾ ਖੂਨ ਬਹੁਤ ਵਗੀ ਜਾ ਰਿਹਾ ਸੀ ਸਾਡੀ ਕੋਈ ਸੁਣਵਾਈ ਕਰਦੇ ਨਹੀਂ ਇਹ ਤੇ ਜੇ ਕੋਈ ਸਿੰਘ ਗਰਮ ਹੋ ਜਾਂਦਾ ਕੋਈ ਕਾਰਵਾਈ ਕਰਦੇ ਅਸੀਂ ਆਪਣੀ ਸੱਚ ਹੱਕ ਦੀ ਮੰਗ ਕਰਦੇ ਹਾਂ ਤੇ ਫਿਰ ਸਾਨੂੰ ਅੱਤਵਾਦੀ ਕਹਿ ਦਿੰਦੇ ਤੁਹਾਡੇ ਬੇਟੇ ਤੋਂ ਇਲਾਵਾ ਵੀ ਹੋਰ ਕਿਸੇ ਤੇ ਗੋਲੀ ਲੱਗੀ ਹਾਂਜੀ ਉਹਨਾਂ ਦੇ ਬਜ਼ੁਰਗ ਤੇ ਲੱਗੀ ਜੀ ਜਿਹਨਾਂ ਤੋਂ ਝਗੜਾ ਉਹਦੇ ਬਜ਼ੁਰਗ ਦੇ ਗੁੱਟ ਤੇ ਲੱਗੀ ਪਤਾ ਨਹੀਂ ਵੀ ਇੱਟ ਵੱਜੀ ਆ ਕਿ ਗੋਲੀ ਵੱਜੀ ਨਹੀਂ ਪਤਾ ਤੁਹਾਡਾ ਬੇਟਾ ਕਿੱਥੇ ਦਾਖਲ ਗੁਰੂ ਨਾਨਕ ਹਸਪਤਾਲ ਦਾਖਲ ਹੈ ਜੀ ਬਾਬੇ ਬੇਟਾ ਕਰਦਾ ਕੀ ਹੈ ਉਹ ਪੀ ਓ ਪੀ ਦਾ ਕੰਮ ਕਰਦਾ ਜੀ ਕੀ ਹਾਲਾਤ ਹੈ ਹੁਣ ਬੇਟੇ ਦੇ ਬੇਟੇ ਦੇ ਹਾਲਾਤ ਜੇ ਤੁਹਾਨੂੰ ਪਤਾ ਜਿਸ ਤਰ੍ਹਾਂ ਸੱਟ ਲੱਗੀ ਹੋਈ ਕਿਹੋ ਜਿਹੇ ਹੁੰਦੇ ਆ ਸੱਟ ਲੱਗੀ ਦੇ ਵਿੱਚ ਕਿਹੋ ਜਿਹੇ ਹਾਲਾਤ ਹੁੰਦੇ ਬੰਦੇ ਦੇ ਤੇ ਫਿਰ ਆਪ ਨੂੰ ਜਾਣੀ ਜੀ ਸਾਰੇ ਜੀ ਜੀ ਕੀ ਮੰਗ ਕੀ ਕਰਦੇ ਜੀ ਮੰਗ ਇਹ ਵੀ ਇਨਸਾਫ ਹੋਣਾ ਚਾਹੀਦਾ ਜੋ ਵੀ ਆ ਠੀਕ ਹੈ ਜੀ ਕੀ ਮੈਟਰ ਆ ਕਿੰਨੇ ਵਜੇ ਦਾ ਸਮਾਂ ਸੀ ਜਦੋਂ ਹਾਦਸਾ ਸਾਹਮਣੇ ਇਹ ਆਲਮੋਸਟ ਸਾਨੂੰ 9:30 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਲਕਸ਼ਮੀ ਵਿਹਾਰ ਜਿਹੜਾ ਹੈਗਾ ਏਰੀਆ ਮਜੀਠਾ ਰੋਡ ਦੇ ਵਿੱਚ ਉਹਦੇ ਵਿੱਚ ਇੱਕ ਬਲਦੇਵ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੇ ਗੋਲੀ ਵੱਜੀ ਹੈਗੀ ਹੈ ਜੀ ਸਰ ਹੁਣ ਠੀਕ ਹੈ ਕਮੀਰਾ ਉਹਦੇ ਵਿੱਚ ਹੈ ਕਿਵੇਂ ਹੁਣ ਸਿਵਲ ਹਸਪੀਟਲ ਹੈਗੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਕੇ ਪਰਚਾ ਦਰਜ ਕਰ ਰਹੇ ਸਰ ਝਗੜਾ ਕਿੰਨਾ ਤੁਸੀਂ ਕਹਿੰਦੇ ਦੋ ਧਿਰਾਂ 'ਚ ਝਗੜਾ ਸੀ ਦੇਖੋ ਅਜੇ ਔਨ ਦੀ ਸਪੋਟ ਆਏ ਹੈਗੇ ਆ ਸਾਰੀ ਗੱਲ ਸਮਝ ਕੇ ਫੇਰ ਹੀ ਮੈਂ ਕੁਛ ਟਿੱਪਣੀ ਕਰ ਪਾਊਂਗਾ ਹਜੇ ਐਗਜੈਕਟਲੀ ਜਿਹੜੀਆਂ ਗੱਲਾਂ ਹੈਗੀਆਂ ਉਹ ਪਤਾ ਲੱਗਣਗੀਆਂ ਕਿੰਨੇ ਜ਼ਖਮੀ ਜ਼ਖਮੀ ਹੋਏ ਨੇ ਇੱਕ ਦੇ ਇੱਕ ਗੋਲੀ ਵੱਜੀ ਹੈ ਇੱਕ ਦੇ ਦੂਸਰੇ ਹੈਗੇ ਆ ਬਲੱਡ ਇੰਜਰੀ ਹੈਗੀ ਥੈਂਕ ਯੂ ਮੋਹਿਤ ਲਾਇਆ ਇਹਨਾਂ ਨੂੰ